ਤੇ ਪੁੱਤਰ ਹੁਣ ਜਿਹੜਾ ਤੂੰ ਤੁਹਾਨੂੰ ਦੱਸਿਆ ਕਿ ਤੇਰੇ ਰਕਸ਼ੇ ਦੇ ਪੁੱਤੇ ਫੇਲ ਹੋ ਗਏ ਆ, ਹਾਂਜੀ ਹਾਂਜੀ, ਤੇ ਇਹ ਤੇਰੇ ਕੋਲ ਵੀ ਠੀਕ ਕਰਾਉਣ ਜੋਗੇ ਪੈਸੇ ਹੈ ਨਹੀਂ? ਚੋਰੀ ਹੋ ਗਿਆ, ਕੀ ਹੋ ਗਿਆ? ਤੂੰ ਤੈਨੂੰ ਦੇਖਿਆ ਨਹੀਂ? ਨਹੀਂ ਅੰਨਾ ਤਾਂ ਮੈਂ ਠੀਕ ਹਾਂ ਜੀ, ਤਾਂ ਹੀ ਮੈਂ ਥਾਣੇ ਆ ਗਿਆ, ਦਿਮਾਗ ਹੈ ਨਹੀਂ ਸੀ। ਤੁਸੀਂ ਇੱਦਾਂ ਕਰੋ, ਤੁਸੀਂ ਅਸਲੀ ਕੁੱਤਾ ਲੱਭੋ, ਉਹਨੂੰ ਰਿਕਸ਼ੇ ਦੇ ਕੋਲ ਲਾ ਕੇ ਜਾਓ ਤੇ ਉਹਨੂੰ ਪੁੱਛੋ ਕਿ ਦੇਖੋ ਸਾਰੇ ਕੁੱਤੇ ਸਹੀ ਹੈਗੇ ਕਿ ਨਹੀਂ। ਹਾਂ ਐਦਾਂ ਕਰ, ਕਿਹੜਾ ਅੱਛਾ ਕੁੱਤੇ ਆ ਕਿਤਾ ਦੇ, ਇਹਦੇ ਕੋਲ 4-5 ਵੈਰਾਈਟੀਆਂ ਹੈਗੀਆਂ, ਉਹਨਾਂ ਚੋਂ ਪਛਾਣ ਕਿਹੜਾ ਸੀ ਦੱਸ ਵੀ। ਇਹ ਹੈਗਾ ਸੀ ਬੱਚਾ, ਇਹ ਵਾਲਾ, ਇਹ ਨਹੀਂ, ਇਹ ਨਹੀਂ ਜੀ, ਇਹਨਾਂ ਦੋਨਾਂ 'ਚ ਕੋਈ ਨਹੀਂ। ਇਹ ਬਰੂਡ ਡੌਗ ਆ, ਮੈਨੂੰ ਨਹੀਂ ਪਤਾ ਇਹਦੇ ਬਾਰੇ। ਅੱਛਾ ਤੇ ਫਿਰ ਇਹ ਕਿੱਦਾਂ ਪਤਾ ਕਿ ਬਰੂਡ ਡੌਗ ਹੈ? ਉਹ ਜਵਾਕ ਨਾਂ ਲੈਂਦੇ ਰਹਿੰਦੇ ਆ ਕੀ ਬਰੂਡ ਡੌਗ, ਏਦਾਂ ਦਾ ਹੁੰਦਾ ਸਰ ਉਦਾਂ। ਹੋਰ 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 ਦੱਸ, ਆ ਵਾਲਾ ਤੇ ਨਹੀਂ? ਇਹ ਸੱਜੇ ਟਾਇਰ ਵਾਲਾ ਲੱਗਦਾ ਮੈਨੂੰ, ਸੱਜੇ ਟਾਇਰ ਵਾਲਾ ਸਾਈਡ ਉਧਰ ਤੇ ਲੱਗਦਾ ਤੇ ਮੈਨੂੰ ਇਹ ਤਾਂ ਕੁੱਤਾ ਆਪ ਲੱਗਣ ਦੇ ਇਦਾਂ ਰਕਸ਼ੇ ਥੱਲੇ ਆ ਗਿਆ ਹੁੰਦਾ ਕਰੀ ਲਓ ਜੀ। ਹਾਂ ਕੌਣ ਆਇਆ ਲੱਗਦਾ। ਅੱਛਾ ਤੇ ਹੋਰ ਵੀ ਆ ਵਰਾਟੀ ਕੋਈ? ਹਾਂ ਜੀ ਸਰ। ਹਾਂ ਦੱਸ, ਆ ਵਾਲਾ ਹੈਗਾ ਹੀ ਵੱਡਾ? ਨਹੀਂ ਨਹੀਂ ਜੀ, ਇਹ ਨਹੀਂ। ਆਹੋ ਇਹਨੇ ਤਾਂ ਤੇਰੇ ਰਕਸ਼ੇ ਪਲਟਾ ਦੇਣੇ ਸੀ ਜੇ ਕੁੱਤਾ ਤੇ। ਹੋਰ ਕੋਈ ਵਰਾਟੀ? ਹੋਰ ਬਾਕੀ ਘੁੰਮਣ ਗਏ ਵਾਲੇ ਹਾਂਜੀ ਹਾਂਜੀ ਜੀ, ਲੰਡਨ ਤੋਂ ਵੀ ਸਾਡੇ ਇੱਥੇ ਤਕਰੀਬਨ ਲੰਡਨ ਤੋਂ ਫੋਨ ਆਉਂਦੇ ਆ, ਇੱਥੋਂ ਗੁਰਦਾਸਪੁਰੋਂ ਤਾਂ ਨਹੀਂ ਆਇਆ ਕੋਈ ਵੀ। ਲਓ ਵੀ ਦੇਣਾ ਨਗਰ ਨਹੀਂ ਗਿਆ। ਅੰਮ੍ਰਿਤਸਰ ਤੇ ਚੱਲਦੇ ਰਕਸ਼ੇ ਦੇ ਯਾਦ ਆ ਗਿਆ ਜੀ। ਮੈਡਮ ਦੇਖ ਕੇ ਰਕਸ਼ਾ ਕਿੱਦਾਂ ਯਾਦ ਆ ਗਿਆ ਤੈਨੂੰ? ਦੇਖੋ ਵੀ ਕਹਿੰਦੇ ਰਿਕਸ਼ਾ ਵੀ ਸੋਹਣਾ ਲੱਗਦਾ, ਓਦਾਂ ਇਹਨਾਂ ਨੇ ਦੇਖੋ ਪਰਾਂਦੀ ਵੀ ਲਾਈ ਆ ਤੇ ਸੋਹਣੀ ਤਾਂ ਕਹਿੰਦੀ ਮੈਂ ਲੱਗ ਹੀ ਰਹੀ ਆ ਨਾ ਘੱਟੋ ਘੱਟ। ਗੱਲ ਸਹੀ ਹੈ ਜੀ ਤੁਹਾਡੀ, ਪਰ ਕੀ ਕਰੀਏ ਜੀ, ਵਿਕੀ ਵੀ ਬਲੈਕ ਆ ਨਾ ਸਾਰੀ। ਤੁਸੀਂ ਤਗੜਾ ਖੜਾ ਕਰ ਦਿੱਤਾ, ਮੋਟਾ ਜਿਹਾ ਪਿੱਛੇ ਤੁਸੀਂ ਕੋਈ ਗੱਲ ਨੀ ਸਰ, ਮੈਂ ਆਪੇ ਐਡਜਸਟ ਕਰ ਲੈਣਾ, ਟੈਨਸ਼ਨ ਨਾ ਲਓ, ਜੇ ਤੁਹਾਡੀ ਲੋੜ ਪਈ ਮੈਂ ਤੁਹਾਨੂੰ ਸੱਦ ਵੀ ਲੈਣਾ ਫਿਰ, ਤੁਸੀਂ ਕਰ ਲਓ ਹਿਸਾਬ ਨਾਲ। ਲਓ ਜੀ, ਥੈਂਕ ਯੂ ਸੋ ਮਚ ਸਰ, ਤੁਹਾਡੀ ਆਵਾਜ਼ ਵੀ ਬੜੀ ਕੱਟ ਕੱਟ ਕਰ ਰਹੀ ਆ, ਸ਼ਾਇਦ ਤੁਹਾਡੇ ਫੋਨ ਦੇ ਵਿੱਚ ਪ੍ਰੋਬਲਮ ਆ, ਕੋਈ ਗੱਲ ਨੀ। ਹਾਂ ਪੁੱਤਰ, ਹੁਣ ਕੁੱਤਿਆਂ ਦਾ ਤੇ ਤੇਰਾ ਇੱਕ ਦਾ ਤੇ ਪਤਾ ਲੱਗ ਗਿਆ, ਅਸੀਂ ਲੱਭ ਦਿਆਂਗੇ ਇਹਨੂੰ ਭੇਜ ਕੇ। ਓਏ ਉਹ ਜਿਹੜੇ ਤੇਰੇ ਕੁੱਤੇ ਵਾਕ ਵੀ ਨੀ ਸਾਰੇ, ਉਹ ਜੋ ਤੂੰ ਨਿਕਲੇ ਤੇ ਤੈਨੂੰ ਪੈ ਜਾਂਦੇ, ਉਹਨਾਂ ਨਾਲ ਗੱਲ ਕਰ, ਉਹਨਾਂ ਨੂੰ ਪੁੱਛ ਕਿ ਕੋਈ ਆ ਕੋਈ ਨੇੜੇ ਤੇੜੇ ਕੋਈ ਵਾਕਫ ਤੇਰਾ ਉਦੋਂ ਦਾ। ਰਿਕਸ਼ੇ ਚੋਂ ਕੁੱਤੇ ਥੋੜੀ ਪੈਂਦੇ ਆ ਜੀ। ਕਿਹੜੇ ਕੁੱਤੇ ਪੈਂਦੇ? ਉਹ ਦੂਜੇ ਹੁੰਦੇ ਆ ਜੀ, ਗਰਾਰੀ ਦੇ ਛੱਡ, ਤੈਨੂੰ ਕਿਹੜੇ ਕੁੱਤੇ ਪੈਂਦੇ? ਮੈਨੂੰ ਤਾਂ ਜਿਹੜੇ ਭੌਂਕੇ ਉਹੋ ਜਿਹੇ ਪੈਂਦੇ ਆ ਜੀ, ਜਿਹੜੇ ਭੌਂਕੇ ਮੈਡਮ ਜੀ। ਅੱਛਾ ਸਿਰ ਰੋਡ ਤੇ ਕਿ ਮੈਡਮ ਆਵਾਜ਼ ਕੱਢੀ ਜਿਵੇਂ ਦੀ? ਅੱਛਾ ਉਹੋ ਜਿਹੇ ਪੈਂਦੇ ਆ ਜੀ। ਆਪਣੀ ਨਾ ਲੈਂਗੁਏਜ ਸੁਧਾਰ ਥੋੜੀ ਜੀ ਨਾ, ਮੈਂ ਨਹੀਂ ਤੇ ਲੈਂਗੁਏਜ ਦਾ ਜੀ ਮਾਰਨਾ ਮੈਂ ਤੇਰੇ ਮੂੰਹ ਤੇ। ਮੈਂ ਤਾਂ ਸਿੱਧਾ ਬੋਲਣਾ, ਤੁਸੀਂ ਪੁੱਠੇ ਰਾਹ ਜਾਂਦੇ ਜੀ, ਮਤਲਬ ਮੈਂ ਤੂੰ ਅਫਸਰ ਨੂੰ ਪੁੱਠਾ ਕਹਿਤਾ? ਉਹ ਅਫਸਰ ਹੀ ਪੁੱਠਾ ਚੱਲ ਜੇ, ਮਤਲਬ ਤੁਸੀਂ ਉਹ ਗਲਤ ਸਮਝਦੇ ਜੀ। ਅੱਛਾ ਇੱਕ ਕੈਦੀ ਬੰਦਾ ਅਫਸਰ ਨੂੰ ਕਹਿੰਦਾ ਤੁਸੀਂ ਗਲਤ ਸਮਝਦੇ ਹੋ, ਆਪਣੇ ਆਪ ਨੂੰ ਨਹੀਂ ਗਲਤ ਸਮਝ ਰਿਹਾ? ਮੇਰਾ ਸਮਝਾਉਣ ਦਾ ਤਰੀਕਾ ਦੂਜਾ ਤੁਸੀਂ? ਹਾਏ ਓਏ, ਹਾਏ ਓਏ, ਟਿਊਸ਼ਨ ਦੇ ਟੀਚਰ, ਸਮਝਾਉਣ ਦਾ ਤਰੀਕਾ ਤੂੰ ਸਮਝਾਏਗਾ ਮੈਨੂੰ? ਪੁੱਤਰ ਸਮਝਾਉਣਾ ਜਿਹੜਾ ਸ਼ਬਦ ਹੈ ਨਾ, ਇਹ ਵੀ ਤੇਰੇ ਤੋਂ ਵੱਡਾ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੈਸੇ ਆਪ? ਮੈਂ ਬਹੁਤ ਜ਼ਿਆਦਾ ਸਮਾਰਟ ਹੂੰ ਜੀ, ਕੀ ਕਰੂੰ, ਕਹਾਂ ਲੈ ਜਾਊਂ ਇਤਨਾ ਹਾਸਲ। ਅੱਛਾ ਲਗਾ ਜੀ, ਬਹੁਤ
भाई फिर तो लख लख मुबारक दे हमें, क्योंकि आपने हमारे प्रोग्राम को अच्छा कहा, अप्रिशिएट किया, तो हमें हमारे लिए तो मुबारक बनती है ना। जी हाँ, तेरे ताई का बर्थडे थे, लगा ताड़ियां मार वो की थी ना तेरी। गल करो ना ना हिंदी प्यार नाल जरा, कैसे हैं आप? हाय हाय हिंदी है जी, ये तो पता नहीं लगता, इन्हें आंदे ही पॉलिसी बेचनी शुरू कर देनी। कैसे हैं आप? साडे को पॉलिसी है, ये ले लो, कर गल करते रहे हम बोले लीजिए जी। हमारे यहाँ के सबसे छोटे डड्डू से बात करें। हेलो हेलो, हाँ कैसे हैं आप जी? जी दुआएं आपकी, आप सुनाएं आप कैसे हैं? बस इनमें रक्षा बजा हुआ है परसों का। नहीं मैं भी बहुत स्मार्ट हूँ जी। अच्छा। ये सिर्फ तुम्हारी मम्मी ने बताया होगा तुम्हें कि तुम स्मार्ट हो, बाहर जो लोग हैं उन्होंने तो फिर लानता ही है। आप कैसे हो जी? आप कैसे, तुम्हें कोई फोटो भेज देना। आप कहाँ से जी? मैं लंदन से बात कर रही हूँ, इंग्लैंड से। नाम किने पूछना, तेरी भूआ ने आके हुण गल चलन तोरन ता दियो। पुत्र बड़ी निकी निकी तुर रही है ना। अच्छा नाम क्या है जी तुहाडा? तुहाडा की नोए, मेरा नाम भूल गया है, आपको याद होगा मेरा नाम। आपका नाम है, एना पहला भी कॉल की थी हैगी है, हैं मतलब मेनू लगदा ताई कह रहे का नाम था अपना लंबा चौड़ा होना ही नहीं होए बड़ा अच्छा व्यूअर हूं। हां जी मैं बहुत पुरानी व्यूअर हूं, जाए काफी अच्छे बार फोन के सर सर मुझे 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 याद, मुझे नाम थोड़ा सा मेरे ज़हन में उल्फत कर रहा है वो नाम, ये लेकिन तगल्लस मेरे दिमाग में चकलस कर रहा है थोड़ा सा। मदीहा। मदीहा जी हाँ, रे मदीहा मान जा, मदीहा मान जा, काहे इतना अकड़े तू मान जा ए मदीहा। मदीहा जी बड़े अरसे बाद आपका हम अपने शो में खुलफत करते हैं, और जो आपने चराखत से फोन किया है इससे हम खिलाफत बिल्कुल नहीं करेंगे। हमें अच्छा लगा आपने हमें फोन किया। थैंक यू, शुक्रिया मदीहा जी। बस यूं ही फोन करते रहे, शो के साथ जुड़े रहे, शो देखते रहे, इंजॉय करते रहे, और हमसे अगर कोई गलती होती हो तो खुला दिल बड़ा दिल बनाकर हमें माफ कर दे। कोई गलती नहीं, नहीं नहीं कोई गलती नहीं है। चलो ठीक है, शुक्रिया मदीहा जी, मदीहा जी शुक्रिया। ला देखा कितनी सोहनी आवाज सी मैडम दी जी, अपनी देखी है तू धनिया बेचे कर मेरा वो भी नहीं बिकना है। तू कोई काम शुरू होने तो पहले क्यों सिर सुट लेना कि नहीं होना मेरे तो। नन्ने टीवी सोच है जी, हैं नन्ने टीवी सोच, और जड़ा टीवी दसया ना तू ओदे उतले सोचर का मुंह है तेरा, ते जेड़ी सारे तो पमीरी जी नहीं हुंदी मरण वाली ओदे अरगे दा एदा गूठे ना जेड़ी बारी बरसी करन गई सी, बारी बरसी करन गई सी खट के लियां दे टाई, बारी बरसी करन गई सी, बारी बरसी करन गई सी खट के लियां दे टाई, बीमार हो गई ताई। अच्छा बारी बरसी करन अच्छा अच्छा बारी बरसी करन गई सी, बारी बरसी करन कट के लियां दी टाई, आई चिकनी चमेली चुपके अकेली पौआ चढ़ा के आई, आई चिकनी चमेली चुपके अकेली पौआ चढ़ा के आई। किदी चेली